ਬੀਤੀ ਦੀ ਰਾਤ ਮਾਨਸਾ ਦੇ ਵਿੱਚ ਉਦੋਂ ਇੱਕ ਵੱਡਾ ਹਾਦਸਾ ਹੋਣੋਂ ਟਲਿਆ ਜਦੋਂ ਖੇਤਾਂ ਦੇ ਵਿੱਚ ਕਣਕ ਦੇ ਢਾਂਗਰ ਨੂੰ ਲੱਗੀ ਭਿਆਨਕ ਅੱਗ ਪੈਟਰੋਲ ਪੰਪ ਤੱਕ ਪਹੁੰਚ ਗਈ। ਦਰਅਸਲ ਖੇਤਾਂ ਦੇ ਨੇੜੇ ਹੀ ਪੈਟਰੋਲ ਪੰਪ ਸੀ ਤੇ ਇਸੇ ਦੌਰਾਨ ਕਣਕ ਦੇ ਢਾਂਗਰ ਨੂੰ ਜਦੋਂ ਅੱਗ ਲੱਗਦੀ ਹੈ ਤੇ ਹਨੇਰੀ ਕਾਰਨ ਇਹ ਅੱਗ ਇੰਨੀ ਤੇਜ਼ੀ ਦੇ ਨਾਲ ਫੈਲਦੀ ਹੈ ਕਿ ਪੈਟਰੋਲ ਪੰਪ ਤੱਕ ਪਹੁੰਚ ਜਾਂਦੀ ਹੈ। ਪਰ ਇਲਾਕਾ ਵਾਸੀਆਂ ਦੀ ਸੂਝਬੂਝ ਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਇਸ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ, ਜਿਸ ਕਰਕੇ ਇੱਕ ਵੱਡਾ ਹਾਦਸਾ ਹੁਣ ਉਟਲ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਬੀਤੀ ਦੇਰ ਰਾਤ ਬਠਿੰਡਾ ਮਾਨਸਾ ਹਾਈਵੇ ਤੇ ਸਥਿਤ ਜੋ ਪਿੰਡ ਕੋਟ ਸ਼ਮੀਰ ਆਉਂਦਾ ਹੈ ਉਸੇ ਥਾਂ ਤੇ ਤੇਜ਼ ਹਨੇਰੀ ਚੱਲ ਰਹੀ ਸੀ ਤੇ ਇਸੇ ਦੌਰਾਨ ਕਿਸੇ ਕਾਰਨ ਕਣਕ ਦੇ ਢਾਂਗਰ ਨੂੰ ਅੱਗ ਲੱਗ ਜਾਂਦੀ ਹੈ। ਅੱਗ ਇੰਨੀ ਭਿਆਨਕ ਤਰੀਕੇ ਦੇ ਨਾਲ ਲੱਗਦੀ ਹੈ ਤੇ ਹਨੇਰੀ ਕਾਰਨ ਇੰਨੀ ਤੇਜ਼ੀ ਦੇ ਨਾਲ ਫੈਲਦੀ ਹੈ ਕਿ ਨੇੜੇ ਹੀ ਮੌਜੂਦ ਪੈਟਰੋਲ ਪੰਪ ਤੱਕ ਪਹੁੰਚ ਜਾਂਦੀ ਹੈ। ਜਦਕਿ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਕੋਲ ਹੀ ਇੱਕ ਪਰਾਲੀ ਦੀਆਂ ਗੱਠਾਂ ਦਾ ਸਟੋਰ ਵੀ ਮੌਜੂਦ ਹੈ ਤੇ ਇੱਥੇ ਤੱਕ ਵੀ ਅੱਗ ਫੈਲ ਗਈ। ਪਰ ਮੌਕਾ ਰਹਿੰਦੇ ਹੀ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਮਿਲ ਕੇ ਇੱਕ ਸਾਂਝੇ ਉਪਰਾਲੇ ਤਹਿਤ ਇੱਕ ਵੱਡਾ ਹਾਦਸਾ ਹੁਣ ਉਟਾਲ ਲਿਆ। ਦੋਵਾਂ ਯਾਨੀ ਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਚਲਦਿਆਂ ਸਟੋਰ ਦਾ ਵੀ ਬਚਾਅ ਰਿਹਾ ਅਤੇ ਪੈਟਰੋਲ ਪੰਪ ਤੱਕ ਵੀ ਅੱਗ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਅਤੇ ਪੈਟਰੋਲ ਪੰਪ 'ਤੇ ਵੀ ਇੱਕ ਵੱਡਾ ਹਾਦਸਾ ਹੁਣ ਉਟਲ ਗਿਆ। ਖੁਸ਼ਕਿਸਮਤੀ ਰਹੀ ਹੈ ਕਿ ਸਮਾਂ ਰਹਿੰਦੇ ਹੀ ਇਸ ਅੱਗ 'ਤੇ ਕਾਬੂ ਪਾ ਲਿਆ ਗਿਆ, ਕਿਉਂਕਿ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਅੱਗ ਨੇ ਹਨੇਰੀ ਦੇ ਚਲਦੇ ਇੱਕ ਵਿਕਰਾਲ ਰੂਪ ਧਾਰ ਲਿਆ ਸੀ। ਕਣਕ ਦੇ ਢਾਂਗਰ ਨੂੰ ਅੱਗ ਲੱਗੀ ਸੀ ਅਤੇ ਹਨੇਰੀ ਕਾਰਨ ਇਹ ਭਿਆਨਕ ਤਰੀਕੇ ਦੇ ਨਾਲ ਭਿਆਨਕ ਰੂਪ ਜਿਹੜਾ ਆ ਉਹ ਧਾਰਨ ਕਰ ਚੁੱਕੀ ਸੀ ਅਤੇ ਫੈਲਦੀ ਗਈ। ਫੈਲਣ ਦੇ ਚਲਦਿਆਂ ਹੀ ਕੋਲ ਜਿਹੜਾ ਪੈਟਰੋਲ ਪੰਪ ਸੀ ਉੱਥੇ ਤੱਕ ਵੀ ਪਹੁੰਚੀ ਅਤੇ ਪਰਾਲੀਆਂ ਦੀਆਂ ਗੱਠਾਂ ਦਾ ਸਟੋਰ ਵੀ ਮੌਜੂਦ ਸੀ। ਪਰ ਸਮਾਂ ਰਹਿੰਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ ਅੱਗ ਤੇ ਕਾਬੂ ਪਾਇਆ ਤੇ ਇੱਕ ਭਿਆਨਕ ਹਾਦਸਾ ਵੱਡਾ ਹਾਦਸਾ ਹੁਣ ਉਟਲ ਗਿਆ। ਬੀਤੀ ਦੀ ਰਾਤ ਮਾਨਸਾ ਦੇ ਵਿੱਚ ਉਦੋਂ ਇੱਕ ਵੱਡਾ ਹਾਦਸਾ ਹੁਣ ਉਟਲਿਆ ਜਦੋਂ ਖੇਤਾਂ ਦੇ ਵਿੱਚ ਕਣਕ ਦੇ ਢਾਂਗਰ ਨੂੰ ਲੱਗੀ ਭਿਆਨਕ ਅੱਗ ਪੈਟਰੋਲ ਪੰਪ ਤੱਕ ਪਹੁੰਚ ਗਈ। ਦਰਅਸਲ ਖੇਤਾਂ ਦੇ ਨੇੜੇ ਹੀ ਪੈਟਰੋਲ ਪੰਪ ਸੀ ਤੇ ਇਸੇ ਦੌਰਾਨ ਕਣਕ ਦੇ ਢਾਂਗਰ ਨੂੰ ਜਦੋਂ ਅੱਗ ਲੱਗਦੀ ਹੈ ਤੇ ਹਨੇਰੀ ਕਾਰਨ ਇਹ ਅੱਗ ਇੰਨੀ ਤੇਜ਼ੀ ਦੇ ਨਾਲ ਫੈਲਦੀ ਹੈ ਕਿ ਪੈਟਰੋਲ ਪੰਪ ਤੱਕ ਪਹੁੰਚ ਜਾਂਦੀ ਹੈ। ਪਰ ਇਲਾਕਾ ਵਾਸੀਆਂ ਦੀ ਸੂਝਬੂਝ ਤੇ ਮੌਕੇ ਤੇ ਪਹੁੰਚੀ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਇਸ ਅੱਗ ਤੇ ਕਾਬੂ ਪਾ ਲਿਆ ਜਾਂਦਾ ਹੈ, ਜਿਸ ਕਰਕੇ ਇੱਕ ਵੱਡਾ ਹਾਦਸਾ ਹੁਣ ਉਟਲ ਜਾਂਦਾ ਹੈ। ਦੱਸਿਆ ਜਾ ਰਿਹਾ ਕਿ ਬੀਤੀ ਦੇਰ ਰਾਤ ਬਠਿੰਡਾ ਮਾਨਸਾ ਹਾਈਵੇ ਤੇ ਸਥਿਤ ਜੋ ਪਿੰਡ ਕੋਟ ਸ਼ਮੀਰ ਆਉਂਦਾ ਹੈ ਉਸੇ ਥਾਂ ਤੇ ਤੇਜ਼ ਹਨੇਰੀ ਚੱਲ ਰਹੀ ਸੀ ਤੇ ਇਸੇ ਦੌਰਾਨ ਕਿਸੇ ਕਾਰਨ ਕਣਕ ਦੇ ਢਾਂਗਰ ਨੂੰ ਅੱਗ ਲੱਗ ਜਾਂਦੀ ਹੈ। ਅੱਗ ਇੰਨੀ ਭਿਆਨਕ ਤਰੀਕੇ ਦੇ ਨਾਲ ਲੱਗਦੀ ਹੈ ਤੇ ਹਨੇਰੀ ਕਾਰਨ ਇੰਨੀ ਤੇਜ਼ੀ ਦੇ ਨਾਲ ਫੈਲਦੀ ਹੈ ਕਿ ਨੇੜੇ ਹੀ ਮੌਜੂਦ ਪੈਟਰੋਲ ਪੰਪ ਤੱਕ ਪਹੁੰਚ ਜਾਂਦੀ ਹੈ। ਜਦਕਿ ਇਸੇ ਦੌਰਾਨ ਦੱਸਿਆ ਜਾ ਰਿਹਾ ਕਿ ਕੋਲ ਹੀ ਇੱਕ ਪਰਾਲੀ ਦੀਆਂ ਗੱਠਾਂ ਦਾ ਸਟੋਰ ਵੀ ਮੌਜੂਦ ਹੈ ਤੇ ਇੱਥੇ ਤੱਕ ਵੀ ਅੱਗ ਫੈਲ ਗਈ। ਪਰ ਮੌਕਾ ਰਹਿੰਦੇ ਹੀ ਲੋਕਾਂ ਦੇ ਵੱਲੋਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ ਤੇ ਪਿੰਡ ਵਾਸੀਆਂ ਨੇ ਫਾਇਰ ਬ੍ਰਿਗੇਡ ਦੀ ਟੀਮ ਦੇ ਨਾਲ ਮਿਲ ਕੇ ਇੱਕ ਸਾਂਝੇ ਉਪਰਾਲੇ ਤਹਿਤ ਇੱਕ ਵੱਡਾ ਹਾਦਸਾ ਹੁਣ ਉਟਾਲ ਲਿਆ। ਦੋਵਾਂ ਯਾਨੀ ਕਿ ਫਾਇਰ ਬ੍ਰਿਗੇਡ ਦੀਆਂ ਟੀਮਾਂ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਚਲਦਿਆਂ ਸਟੋਰ ਦਾ ਵੀ ਬਚਾਅ ਰਿਹਾ ਅਤੇ ਪੈਟਰੋਲ ਪੰਪ ਤੱਕ ਵੀ ਅੱਗ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਅਤੇ ਪੈਟਰੋਲ ਪੰਪ 'ਤੇ ਵੀ ਇੱਕ ਵੱਡਾ ਹਾਦਸਾ ਹੁਣ ਉਟਲ ਗਿਆ। ਖੁਸ਼ਕਿਸਮਤੀ ਰਹੀ ਹੈ ਕਿ ਸਮਾਂ ਰਹਿੰਦੇ ਹੀ ਇਸ ਅੱਗ 'ਤੇ ਕਾਬੂ ਪਾ ਲਿਆ ਗਿਆ, ਕਿਉਂਕਿ ਤਸਵੀਰਾਂ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿਸ ਤਰੀਕੇ ਦੇ ਨਾਲ ਅੱਗ ਨੇ ਹਨੇਰੀ ਦੇ ਚਲਦੇ ਇੱਕ ਵਿਕਰਾਲ ਰੂਪ ਧਾਰ ਲਿਆ ਸੀ। ਕਣਕ ਦੇ ਢਾਂਗਰ ਨੂੰ ਅੱਗ ਲੱਗੀ ਸੀ ਅਤੇ ਹਨੇਰੀ ਕਾਰਨ ਇਹ ਭਿਆਨਕ ਤਰੀਕੇ ਦੇ ਨਾਲ ਭਿਆਨਕ ਰੂਪ ਜਿਹੜਾ ਆ ਉਹ ਧਾਰਨ ਕਰ ਚੁੱਕੀ ਸੀ ਅਤੇ ਫੈਲਦੀ ਗਈ। ਫੈਲਣ ਦੇ ਚਲਦਿਆਂ ਹੀ ਕੋਲ ਜਿਹੜਾ ਪੈਟਰੋਲ ਪੰਪ ਸੀ ਉੱਥੇ ਤੱਕ ਵੀ ਪਹੁੰਚੀ ਅਤੇ ਪਰਾਲੀਆਂ ਦੀਆਂ ਗੱਠਾਂ ਦਾ ਸਟੋਰ ਵੀ ਮੌਜੂਦ ਸੀ। ਪਰ ਸਮਾਂ ਰਹਿੰਦੇ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ 'ਤੇ ਪਹੁੰਚੀ, ਜਿਨ੍ਹਾਂ ਨੇ ਪਿੰਡ ਵਾਸੀਆਂ ਦੀ ਮਦਦ ਦੇ ਨਾਲ
ਅੱਗ ਤੇ ਕਾਬੂ ਪਾਇਆ ਤੇ ਇੱਕ ਭਿਆਨਕ ਹਾਦਸਾ ਵੱਡਾ ਹਾਦਸਾ ਹੁਣ ਟਲ ਗਿਆ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲਿਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।